पीएसटेट 2023 ਦੇ ਵਿਦਿਆਰਥੀਆਂ ਦੀ ਕੈਂਡੀਡੇਟਸ ਦੀ ਚਿੰਤਾ ਤੇ ਕੁਐਸਚਨ ਜਾਇਜ਼ ਨਹੀਂ। ਕੁਐਸਚਨ ਕੀ ਹੈ ਕਿ ਪੇਪਰ 1 ਕੀ ਕੈਨਸਲ ਹੋ ਜਾਏਗਾ? ਕੁਐਸਚਨ ਮਾਰਕ ਹੈ। ਐਸਐਸਟੀ ਦਾ ਸ਼ੋਰ ਹੈ ਕਿ ਕੈਨਸਲ ਹੋ ਜਾਏਗਾ। ਪੇਪਰ 2 ਮੈਥਸ ਦਾ ਕੀ ਕੈਨਸਲ ਹੋ ਜਾਏਗਾ? ਜੇ ਕੈਨਸਲ ਹੁੰਦਾ ਹੈ ਤੇ ਨਵਾਂ ਪੇਪਰ ਜੋ ਹੋਏਗਾ ਉਹਦਾ ਸ਼ਡਿਊਲ ਕੀ ਹੋਏਗਾ, ਕਦੋਂ ਹੋਏਗਾ? ਮੈਂ ਸਿਰਫ ਕੁਝ ਇੱਕ ਫੈਕਟਰ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਜਿਹਦੇ ਬੇਸ ਤੇ ਨਾਰਮਲੀ ਡਿਸੀਜਨ ਹੁੰਦੇ ਨੇ ਜਾਂ ਜਿਹੜੇ ਓਬਜੈਕਸ਼ਨੇਬਲ ਮੰਨੇ ਜਾ ਸਕਦੇ ਆ, ਜਿਹਦੇ ਆਧਾਰ ਤੇ ਕੈਨਸਲ ਦੀ ਸੰਭਾਵਨਾ ਪੇਪਰ 1 ਦੀ ਮੈਥ ਦੀ ਸਾਰਿਆਂ ਦੀ ਸੰਭਵ ਹੈ। ਜਿਹੜੀਆਂ ਰਿਪੋਰਟਸ ਬੱਚਿਆਂ ਨੇ ਕੀਤੀਆਂ ਹਨ, ਪਰਸਨਲੀ ਈਵਨ ਬੱਚਿਆਂ ਨੇ ਇੰਟਰਵਿਊ 'ਚ ਦੱਸੀਆਂ ਨੇ, ਉਹ ਇਹ ਦੱਸੀ ਹੈ ਕਿ ਪੇਪਰ ਅਨਸੀਲਡ ਸੀ, ਪੇਪਰ 1 ਵਿੱਚ ਵੀ ਅਨਸੀਲਡ ਸੀਗੇ ਪੇਪਰ, ਔਰ ਉਹਨਾਂ ਨੂੰ ਪਹਿਲਾਂ ਓਪਨ ਕਰ ਲਿਆ ਗਿਆ। ਕੁਝ ਬੱਚਿਆਂ ਨੇ ਪੇਪਰ ਕਰਨਾ ਪਹਿਲਾਂ ਤੋਂ ਸ਼ੁਰੂ ਕਰ ਦਿੱਤਾ ਔਰ ਕੁਐਸਚਨ ਪੇਪਰ 'ਤੇ ਹੀ ਟਿੱਕ ਲਗਾਉਣੇ ਸ਼ੁਰੂ ਕਰ ਦਿੱਤੇ। ਸੋ ਇਹ ਇਨਜਸਟਿਸ ਵਾਲਾ ਪ੍ਰੋਗਰਾਮ ਬਣ ਰਿਹਾ ਹੈ। ਅੱਛਾ, ਮੋਬਾਈਲ ਦੀ ਗੱਲ ਕਰਦਾ ਹਾਂ, ਮੈਂ ਸਟਾਫ ਦੀ ਗੱਲ ਕਰਦਾ ਹਾਂ, ਇਹ ਸਿੱਧੀ ਇੱਥੇ ਸੰਬੰਧਿਤ ਨਹੀਂ ਹੈ। ਹਾਂ, ਟ੍ਰਾਂਸਲੇਸ਼ਨ ਦੀ ਪ੍ਰੋਬਲਮ ਪੇਪਰ 1 ਅਤੇ ਪੇਪਰ 2 ਦੋਨਾਂ 'ਚ ਆਈ ਹੈ। ਇਹ ਵੀ ਰਿਪੋਰਟ ਕੀਤੀ ਗਈ ਹੈ ਕਿ ਕੁਝ ਜਗ੍ਹਾ ਪੰਜਾਬੀ ਮਿਸ ਸੀ, ਬੇਸ਼ੱਕ ਇੱਕ ਕੁਐਸਚਨ ਵਿੱਚ ਜਾਂ ਦੋ ਕੁਐਸਚਨ ਵਿੱਚ ਪੰਜਾਬੀ ਮਿਸ ਸੀ। ਮਿਸ ਪ੍ਰਿੰਟਿੰਗ ਦੀ ਪ੍ਰੋਬਲਮ ਹੈ, ਇਹ ਕਾਮਨ ਯੁਗਾਂ ਯੁਗਾਂਤਰਾਂ ਤੋਂ ਆਪਣੇ ਇੰਡੀਅਨ ਐਜੂਕੇਸ਼ਨ ਸਿਸਟਮ 'ਚ ਦੇਖੀ ਜਾ ਸਕਦੀ, ਈਵਨ ਨੈੱਟ ਦੇ ਹਾਇਰ ਐਜੂਕੇਸ਼ਨ ਕੰਪੀਟੀਟਿਵ ਐਗਜ਼ਾਮ ਵਿੱਚ ਦੇਖੀ ਜਾ ਸਕਦੀ ਹੈ। ਪਰ ਕਿਉਂਕਿ ਇਹ ਮੁੱਦਾ ਬਣ ਚੁੱਕਾ ਹੈ, ਇਸ ਲਈ ਇੱਕ ਵੱਡਾ ਫੈਕਟਰ ਹੈ। ਮੰਨ ਲਓ ਇਹ ਮਾਮਲਾ ਕੋਰਟ ਤੱਕ ਜਾਂਦਾ ਹੈ ਤਾਂ ਨੈਚੁਰਲੀ ਹੈ ਕਿ ਇੱਕ ਫੈਕਟਰ ਜਿਹੜੇ ਹੈ, ਹਰਾਸਮੈਂਟ ਜਿਹੜੀ ਹੋਈ ਹੈ ਬੱਚਿਆਂ ਦੀ, ਉਹ ਕੰਸਿਡਰ ਕੀਤੀ ਜਾਏਗੀ ਹਰ ਹਾਲਤ ਵਿੱਚ। ਅੱਛਾ, ਵੱਡਾ ਫੈਕਟਰ ਹੋਰ ਹੈ ਬਲੈਂਕ ਸ਼ੀਟ। ਕੁਝ ਬੱਚਿਆਂ ਨੇ ਦੱਸਿਆ ਹੈ ਕਿ ਉਹਨਾਂ ਦੇ ਪੇਪਰ ਵਿੱਚ ਕੁਝ ਕੁਐਸਚਨ ਹੀ ਮਿਸ ਸਨ, ਬਲੈਂਕ ਸਨ। ਸੋ ਇਹ ਵੱਡਾ ਫੈਕਟਰ ਮੰਨਿਆ ਜਾ ਸਕਦਾ ਹੈ। ਸਟਾਫ ਵਾਰ ਵਾਰ ਪੁੱਛਿਆ ਸੀ ਕਿ ਦੇਖੋ ਕਿ ਤੁਹਾਡੇ 150 ਕੁਐਸਚਨ ਸ਼ੀਟ ਵਿੱਚ ਪੂਰੇ ਨੇ, ਇਟ ਮੀਨਸ ਗੜਬੜ ਸੀ। ਜੇ ਪੂਰੇ ਨਹੀਂ ਹੁੰਦੇ ਸੀ ਤਾਂ ਫੋਟੋ ਸਟੇਟ ਕਰਾ ਕੇ ਉਹਨਾਂ ਨੂੰ ਪੂਰੇ ਕੀਤੇ ਜਾਂਦੇ ਸਨ। ਅੱਛਾ, ਕਈ ਜਗ੍ਹਾ ਹੋਰ ਫੈਕਟਰ ਹੈ, ਨਵਾਂ ਫੈਕਟਰ ਕਿ ਸੈੱਟ 1 ਪਹਿਲੇ ਪੇਪਰ ਦਾ ਦਿੱਤਾ ਜਾਂਦਾ ਸੀ, ਲੇਕਿਨ ਦੂਸਰਾ ਜਿਹੜੀ ਆਪਸ਼ਨ ਹੁੰਦੀ ਸੀ ਉਸ ਦਾ ਸੈੱਟ ਏ ਨਹੀਂ, ਉਸ ਨੂੰ ਬੀ ਜਾਂ ਸੀ ਜਾਂ ਹੋਰ ਕੋਈ ਸੈੱਟ ਦਿੱਤਾ ਜਾਂਦਾ ਸੀ। ਬੱਚਿਆਂ ਨੂੰ ਇਹ ਚਿੰਤਾ ਰਹੀ ਹੈ, ਲੇਕਿਨ ਮਾਨਸਿਕ ਤੌਰ ਤੇ ਡਿਸਟਰਬੈਂਸ ਹੋਈ ਹੈ। ਹੁਣ ਇਹਦੇ ਵਿੱਚੋਂ ਬਲੈਂਕ ਸ਼ੀਟ ਪੇਪਰ 1 ਵਿੱਚ ਵੀ ਮਿਲਦੀ ਹੈ ਤੇ ਮਿਸ ਪ੍ਰਿੰਟ ਵੀ ਮਿਲਦਾ ਹੈ, ਟ੍ਰਾਂਸਲੇਸ਼ਨ ਦੀ ਪ੍ਰੋਬਲਮ ਵੀ ਮਿਲਦੀ ਹੈ, ਅਨਸੀਲਡ ਵੀ ਮਿਲਦਾ ਹੈ। ਇਹ ਫੈਕਟਰ ਦੱਸ ਰਹੇ ਨੇ ਕਿ ਪੇਪਰ 1 ਦੇ ਕੈਨਸਲ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਜੇਕਰ ਦੋ ਚੀਜ਼ਾਂ ਮੇਨ ਨੇ ਕਿ ਇਹ ਨਹੀਂ ਕੈਨਸਲ ਹੋਣਗੇ, ਕੈਨਸਲ ਜੇ ਕੋਰਟ ਕੋਈ ਵੀ ਬੱਚਾ ਅਜਿਹਾ ਚਲਾ ਜਾਂਦਾ ਹੈ ਕਿ ਇਹਨਾਂ ਨਾਲ ਇਨਜਸਟਿਸ ਹੋਇਆ ਹੈ ਤਾਂ ਇਹ ਸਾਰੇ ਕੈਨਸਲ ਹੋਣਗੇ। ਹਾਂ, ਨਾ ਕੈਨਸਲ ਹੋਣ ਦੀ ਸੰਭਾਵਨਾ ਕੀ ਹੈ ਕਿ ਜਿਹੜੀ ਵੀ ਏਜੰਸੀ ਨੇ ਪੇਪਰ ਕਰਨਾ ਹੈ ਜਾਂ ਜਿਸ ਨੇ ਵੀ ਖਰਚਾ ਐਕਸਪੈਂਸਿਸ ਬੀਅਰ ਕਰਨੇ ਨੇ, ਉਹ ਇਹ ਚਾਹਣਗੇ ਕਿ ਪੇਪਰ 1 ਦਾ ਖਰਚਾ ਬਚ ਜਾਏ। ਦੈਟ ਇਜ਼ ਵਾਈ ਪ੍ਰੋਬੇਬਿਲਿਟੀ ਹੈ ਕਿ ਇਹ ਪੇਪਰ ਨਾ ਕੈਨਸਲ ਹੋਵੇ। ਨਿਊ ਏਜੰਸੀ ਨੂੰ ਜੇ ਦਿੱਤਾ ਜਾਂਦਾ ਹੈ, ਪਤਾ ਨਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੁਬਾਰਾ ਮਿਲਦਾ ਹੈ ਜਾਂ ਨਵੀਂ ਏਜੰਸੀ ਨੂੰ ਮਿਲਦਾ ਹੈ, ਤੇ ਨੈਚੁਰਲੀ ਹੈ ਖਰਚਾ ਤੇ ਖਰਚਾ ਜ਼ਿਆਦਾ ਵਧੇਗਾ, ਇਹ ਪੋਸੀਬਿਲਿਟੀ ਹੈ। ਇਸ ਤੋਂ ਇਲਾਵਾ ਵੱਡਾ ਫੈਕਟਰ ਇੱਕ ਇਹ ਹੈ ਕਿ ਇਨਸਪੈਕਸ਼ਨ ਦੀ ਰਿਪੋਰਟ ਮੰਨ ਲਓ ਆਉਂਦੀ ਹੈ, ਉਹ ਇਨਸਪੈਕਸ਼ਨ ਦੀ ਰਿਪੋਰਟ ਵਿੱਚ ਪੇਪਰ 1 ਦੀ ਇਨਵੈਸਟੀਗੇਸ਼ਨ ਵੀ ਨੈਚੁਰਲੀ ਪੇਪਰਾਂ ਦੀ ਹੋਏਗੀ, ਤੇ ਜੇ ਅਜਿਹੀਆਂ ਇੰਨੀਆਂ ਖਾਮੀਆਂ ਪਾਈਆਂ ਜਾਂਦੀਆਂ ਹਨ ਜਿਹੜੀਆਂ ਟੋਲਰੇਟ ਨਹੀਂ ਕੀਤੀਆਂ ਜਾ ਸਕਣ ਵਾਲੀਆਂ ਹੋਣਗੀਆਂ, ਇਨਸਪੈਕਸ਼ਨ ਟੀਮ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੈਠੀ ਹੈ ਉਹੀ ਇਹ ਕਰੇਗੀ, ਤਾਂ ਵੀ ਪੇਪਰ 1 ਦੇ ਕੈਨਸਲ ਹੋਣ ਦੀ ਸੰਭਾਵਨਾ ਹੈ। ਸੋ ਮੇਰੇ ਮੁਤਾਬਕ ਜ਼ਿਆਦਾ ਫੈਕਟਰ ਇਹ ਨੇ ਕਿ ਹੋਰ ਫੈਕਟਰ ਇਮੋਸ਼ਨਲ ਜਾਂ ਮਾਨਸਿਕ ਡਿਸਟਰਬੈਂਸ ਦਾ ਹੈ, ਹੈ ਨਾ, ਉਹ ਵੀ ਪੇਪਰ ਕੈਂਸਲ ਹੋਣ ਵੱਲ ਲੈ ਕੇ ਜਾ ਰਿਹਾ ਹੈ। ਇਹ ਕਦੋਂ ਹੋਏਗਾ ਦੂਸਰਾ ਕੁਐਸਚਨ ਹੈ। ਹਾਂ, ਪਹਿਲੇ ਦਾ ਆਂਸਰ ਮੈਂ ਦੇ ਦੇਵਾਂ ਕਿ ਮੈਕਸੀਮਮ ਸੰਭਾਵਨਾ ਹੈ ਕਿ ਪੇਪਰ ਸਾਰੇ ਹੀ ਕੈਂਸਲ ਹੋਣਗੇ। ਜੇ ਪੇਪਰ ਕੈਂਸਲ ਹੁੰਦੇ ਹਨ ਤਾਂ ਟਾਈਮ ਕਦੋਂ ਹੈ, ਨੈਕਸਟ ਪੇਪਰ ਕਦੋਂ ਹੋਏਗਾ? ਇਸ ਦੇ ਹੋਰ ਫੈਕਟਰ ਹਨ। ਜੇ ਨਵੀਂ ਏਜੰਸੀ ਨੂੰ ਦਿੱਤਾ ਜਾਂਦਾ ਹੈ, ਨੈਚੁਰਲੀ ਨਿਊ MCQ ਬੈਂਕ ਬਣੇਗੀ, ਟਾਈਮ ਜ਼ਿਆਦਾ ਲੱਗੇਗਾ, ਲੰਬਾ ਜਾਏਗਾ। ਦੂਸਰਾ ਹੈ ਫੀਅਰ ਫੈਕਟਰ, ਜਿਹੜਾ ਕੇਅਰ ਫੈਕਟਰ ਨੂੰ ਵਧਾਏਗਾ ਕਿ ਡਰ ਬਹੁਤ ਹੋ ਗਿਆ ਹੈ, ਇੰਨੇ ਮੁੱਦੇ ਚੁੱਕੇ ਗਏ ਹਨ, ਯੂਟਿਊਬ 'ਤੇ ਇੰਨੀ ਗੱਲਬਾਤ ਕੀਤੀ ਗਈ ਹੈ, ਚੀਫ ਮਿਨਿਸਟਰ ਸਾਹਿਬ ਨੇ ਵੀ ਪੂਰੀ ਸਖਤੀ ਨਾਲ ਇਸ ਨੂੰ ਨਜਿੱਠਣ ਲਈ ਕਿਹਾ ਹੈ। ਸੋ ਇਹਦੇ ਵਿੱਚ ਜਿਹੜੀ ਵੀ ਏਜੰਸੀ, ਬੇਸ਼ੱਕ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਬਾਰਾ ਕਰਵਾਉਂਦੀ ਹੈ, ਤਾਂ ਉਹ ਜ਼ਿਆਦਾ ਕੇਅਰ ਨਾਲ ਅਤੇ
केयरलैसनैस घटाने लई नैचुरली जो केयर ना करना है तो टाइम ज़्यादा लगता है। सो टाइम ज़्यादा की संभावना ज़्यादा है। जे एक कहा जा रहा है कि पिछले ये जी गलती है टाइम घट करके भी एक फैक्टर हो सकता है। दैट इज़ वाई सानू से डायरैक्ट इंप्लीकेशन है कि फीयर तो ये करके टाइम ज़्यादा लग सकता है। अच्छा, न्यू कैंडीडेट की एंटर हो सकते हैं, ये क्वेश्चन बनया रहेगा क्योंकि सिस्टम का है, जे न्यू एजेंसी को जाता है तो प्रोबेबिलिटी यदि घट जाएगी। हाँ, जे न्यू एजेंसी को जाता है न्यू कैंडीडेट नू अलाउ कर दे फिर भी टाइम टाइम ज़्यादा लगेगा। पर पिछले दिनों विच पिछले महीनों विच 20 तो 30 दिनों विच आम तौर पर यह पेपर लै लिया जाता है क्योंकि ये फैक्टर थोड़े ज़्यादा ने। सो मिनिमम मेरे मुताबिक इन फैक्टर के आधार पर कंकलूजन कढ़िया जा सकता है कि एक महीना पेपर नू मिनिमम लग सकता है। सो मेरे ख्याल में मैं एक वीडियो भी पाई सी कि सिचुएशन नू तुसी पॉजिटिवली देखो, तुहानू चांस मिल रहा है, टाइम मिल रहा है, एरर ते रिफ्लैक्शन करो कि मैं की गलतियां पेपर विच कीतियां हैं, मैं की सुधार कर सकता हां, मैं केड़ी स्ट्रैटेजी अपनाई सी उहना बैटर रहे। मैं कुछ एक बच्चों दी इंटरव्यू लिया, डाटा कलैक्ट फिर किया है, कुछ एक बच्चों ने औखे क्वेश्चन स्ट्रैटेजी ना जल्दी सॉल्व कर रहे ने और सौखे क्वेश्चन या एवरेज क्वेश्चन जो सोच के किए से वह गलत हो गए हैं। कुछ एक क्वेश्चन मैं अगे डिस्कस भी करूँगा, औखे क्वेश्चन जोड़े ये आए हैं उन्होंने सीरीज़ है, उन्होंने एक्सप्लेनेशन है और लॉजिक स्ट्रैटेजीज किस तरह लगनिया ने यह डिस्कस कर रहा हाँ। मैं खुद भी कुछ क्वेश्चन होर स्ट्रैटेजी ने सॉल्व किए लेकिन बच्चों ने वीडियो मेरिया देख के वह बड़ी सौखी स्ट्रैटेजी अप्लाई की है। सो मैं कोई माहर नहीं हाँ, मैं जस्ट तुहानू स्ट्रैटेजीज दस रहा हाँ कि नॉलेज एक पासे है, दूजी रीजनिंग है, तीजी स्ट्रैटेजीज या ट्रिक्स या रूल्स होंगे ने सॉल्व करन दे। जे उन्होंने अप्लाई करते हो टेंशन घट होएगी, आउटपुट वधेगी। सो उन्होंने अपनी नॉलेज के रीजनिंग इंटीग्रेट कर लो, उन्होंने लिंक नीचे दिए गए होंगे, देख सकते हो। थैंक यू, लर्न टू एक्चुअलाइज डॉक्टर धीरज सिंह।